ਉਹਨੂੰ ਕੋ ਮੇਰੀ ਫੇਸਬੁੱਕ ਤੁਹਾਨੂੰ ਸਸਪੈਂਡ ਕੀਤਾ ਗਿਆ ਤੁਸੀਂ ਜੋ ਜਵਾਬ ਦਿੱਤਾ ਉਹ ਕਹਿੰਦੇ ਉਹ ਤਸੱਲੀ ਬਖਸ਼ ਨਹੀਂ ਕੀ ਕਹਿਣਾ ਚਾਹੋਗੇ ਤਸੱਲੀ ਬਖਸ਼ ਉਹਦੇ 'ਚ ਇੱਕੋ ਹੀ ਗੱਲ ਹੀ ਨਹੀਂ ਸੀਗੀ ਮੈਂ ਕਿਹਾ ਸੀ ਕਿ ਜਿਹੜੇ ਨਸ਼ਿਆਂ ਦੇ ਮੁੱਦੇ ਦੇ ਉੱਤੇ ਜਿਹੜੇ ਅਫਸਰ ਢਿੱਲ ਵਰਤਦੇ ਨੇ ਮੈਂ ਕਿਹਾ ਸੀ ਮੈਂ ਲੜਾਈ ਜਾਰੀ ਰੱਖਾਂਗਾ ਔਰ ਨਸ਼ਿਆਂ ਦੇ ਮੁੱਦੇ 'ਤੇ ਲੜਾਈ ਲੜਦਾ ਰਹਾਂਗਾ ਅਤੇ ਕੀ ਕਹਿਣਾ ਚਾਹੋਗੇ ਤੁਹਾਨੂੰ ਗਲਤ ਨਹੀਂ ਕੀਤਾ ਇੱਕਦਮ ਸਸਪੈਂਡ ਕਰ ਦੇਣਾ ਐਮ ਐਲ ਏ ਨੂੰ ਕੋਈ ਵੱਡਾ ਸਟੇਟਸ ਹੁੰਦਾ ਐਮ ਐਲ ਏ ਦਾ ਅਫਸਰਸ਼ਾਹੀ ਦਾ ਕੋਈ ਦਬਾਅ ਹੋਊਗਾ ਕਿਉਂਕਿ ਮੈਨੂੰ ਪਤਾ ਕਿ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਇਹੋ ਜਿਹਾ ਤਾਂ ਫੈਸਲਾ ਨਹੀਂ ਲੈ ਸਕਦੇ ਕੈਪਟਨ ਅਮਰਿੰਦਰ ਸਿੰਘ ਇਹੋ ਜਿਹਾ ਫੈਸਲਾ ਨਹੀਂ ਲੈ ਸਕਦਾ ਕੋਈ ਅਫਸਰਸ਼ਾਹੀ ਦਾ ਦਬਾਅ ਹੋਊਗਾ ਮਤਲਬ ਜਾਖੜ ਸਾਹਿਬ ਨੇ ਖੁਦ ਆਪਣੇ ਲੈਵਲ ਤੇ ਲਿਆ ਕਿ ਜਾਖੜ ਸਾਹਿਬ ਨੂੰ ਮਿਲ ਕੇ ਪੁੱਛਾਂਗਾ ਜਾਂ ਪ੍ਰੈਸ ਪੁੱਛ ਸਕਦੀ ਹੈ ਤੁਹਾਨੂੰ ਕੀ ਲੱਗਦਾ ਮੈਨੂੰ ਤਾਂ ਇਹ ਲੱਗਦਾ ਕਿਉਂਕਿ ਮੈਂ ਸੱਚ ਬੋਲਿਆ ਔਰ ਸੱਚ ਨੂੰ ਦਬਾਉਣ ਲਈ ਸੱਚ ਕਦੀ ਅਜੇ ਤੱਕ ਦਬਿਆ ਨਹੀਂ ਔਰ ਇਹ ਲੜਾਈ ਮੇਰੀ ਇਸੇ ਤਰ੍ਹਾਂ ਜਾਰੀ ਰਹੇਗੀ ਤੁਸੀਂ ਆਪਦੇ ਸੱਚ ਤੇ ਖੜੇ ਹੋ ਪੂਰੀ ਤਰ੍ਹਾਂ ਬਿਲਕੁਲ ਜੱਟ ਅੱਜ ਵੀ ਖੜਾ ਕੱਲ ਵੀ ਖੜਾ ਹੈ ਜੀਰੇ ਵਾਲਾ ਹੈ ਤੇ ਉਹ ਕਹਿ ਰਹੇ ਆ ਜਿਹੜੇ ਸੁਨੀਲ ਜਾਖੜੇ ਇਸ ਕਰਕੇ ਪਰੇਸ਼ਾਨ ਹੋਏ ਤੁਸੀਂ ਕਿਹਾ ਫਿਰੋਜ਼ਪੁਰ ਏਰੀਆ 'ਚ ਫਜ਼ਿਲਕਾ ਦੇ ਵਿੱਚ ਪਰਚੇ ਦਰਜ ਹੋ ਰਹੇ ਨੇ ਉਹਨਾਂ ਨੂੰ ਇਹ ਨਾ ਲੱਗਿਆ ਹੋਵੇ ਕਿ ਮੈਨੂੰ ਟਾਰਗੇਟ ਕੀਤਾ ਪਰਸਨਲ ਨਾ ਲੱਗਿਆ ਹੋਵੇ ਨਹੀਂ ਨਹੀਂ ਮੈਂ ਕੋਈ ਝੂਠ ਥੋੜ੍ਹੀ ਮਾਰਿਆ ਨਾਲੇ ਜਾਖੜ ਸਾਹਿਬ ਤੁਹਾਨੂੰ ਗੁਰਦਾਸਪੁਰ ਤੋਂ ਲੜਦੇ ਨੇ ਫਿਰੋਜ਼ਪੁਰ ਤੋਂ ਪਤਾ ਨਹੀਂ ਕਿੰਨੇ ਲੜਨਾ ਕਿੰਨੇ ਨਹੀਂ ਲੜਨਾ ਉਹ ਕਹਿੰਦੇ ਅਨੁਸ਼ਾਸਨ ਭੰਗ ਕੀਤਾ ਤੁਹਾਨੂੰ ਅਨੁਸ਼ਾਸਨ ਮੈਂ ਕੋਈ ਭੰਗ ਨਹੀਂ ਕੀਤਾ ਇਹ ਅਨੁਸ਼ਾਸਨ ਕਿੱਧਰ ਦਾ ਹੈ ਕਿ ਜਿਹਦੇ ਵਿੱਚ ਜਿਹੜੇ ਪ੍ਰੋਗਰਾਮ ਦੇ ਵਿੱਚ ਹੈਗਾ ਹੀ ਨਹੀਂ ਗਾ ਕਿ ਆਈ ਜੀ ਬੋਲੂਗਾ ਔਰ ਆਈ ਜੀ ਉੱਥੇ ਬੋਲ ਰਿਹਾ ਇਹ ਅਨੁਸ਼ਾਸਨ ਕਿੱਧਰ ਦਾ ਜਾਂ ਤਾਂ ਫਿਰ ਮੈਨੂੰ ਸਸਪੈਂਡ ਕੀਤਾ ਸੀ ਨਾਲ ਆਈ ਜੀ ਸ਼ੀਨੇ ਨੂੰ ਵੀ ਸਸਪੈਂਡ ਕਰਦੇ ਨਾਲ ਉੱਥੋਂ ਵਾਲੇ ਅਫਸਰਾਂ ਨੂੰ ਵੀ ਸਸਪੈਂਡ ਕਰਦੇ ਜਿਨ੍ਹਾਂ ਨੇ ਉਹਨੂੰ ਬੋਲਣ ਦਾ ਟਾਈਮ ਦਿੱਤਾ ਜੀਰੋ ਸਾਹਿਬ ਇੱਕ ਪਾਸੇ ਜਾਂਚ ਕੀਤੀ ਜਾ ਰਹੀ ਹੈ ਤੁਹਾਡੇ ਜੋ ਤੁਸੀਂ ਸ਼ਿਕਾਇਤਾਂ ਕੀਤੀਆਂ ਨੇ ਦੂਜੇ ਪਾਸੇ ਸਸਪੈਂਡ ਕਰਤਾ ਇਹ ਡਬਲ ਭੂਮਿਕਾ ਜੀ ਨਹੀਂ ਲੱਗਦੀ ਵੀ ਜ਼ਿਆਦਾ ਤੁਹਾਡੇ ਜਾਂਚ ਨਾ ਕਰਾਉਂਦੇ ਜੀਰਾ ਸਸਪੈਂਡ ਹੋਵੇ ਜੀਰਾ ਨਾ ਹੋਵੇ ਜੀਰਾ MLA ਰਵੇ ਜੀਰਾ ਨਾ ਰਵੇ ਜੀਰਾ ਨਸ਼ੇ ਦੇ ਮੁੱਦੇ ਤੇ ਲੜਾਈ ਲੜਦਾ ਰਹੇਗਾ ਤੁਹਾਨੂੰ ਵੀ ਲੱਗਦਾ ਕਿ ਜਿਸ ਤਰੀਕੇ ਤੋਂ ਜਾਖੜ ਦਾ ਨਾਮ ਲਿਆ ਕਿ ਜਾਖੜ ਵੀ ਕਿਤੇ ਨਾ ਕਿਤੇ ਇਨਵੋਲਵ ਹੋ ਸਕਦੇ ਨੇ ਉਸ ਇਸ਼ੂਆਂ ਦੇ ਵਿੱਚ ਇਹ ਜਿਹੜਾ ਸ਼ੀਨਾ ਹੈ ਜਾਖੜ ਸਾਹਿਬ ਦਾ ਲਵਾਇਆ ਹੋਇਆ ਸੀ ਮੈਂ ਅੱਜ ਦੱਸਣ ਲੱਗਾ ਜਿੱਥੋਂ ਗੜਬੜ ਸ਼ੁਰੂ ਹੋਈ ਇਸ ਤੋਂ ਇਲਾਵਾ ਗੱਲ ਕਰੀਏ ਪ੍ਰਤਾਪ ਬਾਜਵਾ ਰਾਣੇ ਵੀ ਪਬਲਿਕ ਫੋਰਮ ਤੇ ਗੱਲ ਕੀਤੀ ਗਈ ਆ ਉਹਨੇ ਹੋਰ ਵੀ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੁਹਾਨੂੰ ਲੱਗਦਾ ਕਿ ਡਬਲ ਸਟੈਂਡਰਡ ਅਪਣਾਇਆ ਇਹ ਵੀਰੇ 35 ਸਾਲਾਂ ਦਾ ਮੁੰਡਾ ਤਾਂ ਕੋਈ ਵੀ ਦਬਾ ਲੈਂਦਾ ਪਰ 35 ਸਾਲਾਂ ਦਾ ਮੁੰਡਾ ਦਬਦਾ ਨਹੀਂਗਾ ਉਹ ਸੱਚ ਤੇ ਖੜਾ ਰਹੂੰਗਾ ਕੀ ਤੁਹਾਡੀ ਅਗਲੀ ਰਣਨੀਤੀ ਅਗਲੀ ਰਣਨੀਤੀ ਇਹ ਕਿ ਚੋਰ ਫੜਾਂਗਾ ਇਹਨਾਂ ਚੋਰਾਂ ਦੇ ਮਗਰ ਲੱਗਾਂਗਾ ਅੱਗੇ ਤਾਂ ਮੈਂ ਇਕੱਲਾ ਇੰਜ ਬੋਲਿਆ ਸੀ ਹੁਣ ਮੀਡੀਆ ਨੂੰ ਨਾਲ ਲੈ ਕੇ ਜਿੱਥੇ ਜਿੱਥੇ ਗਲਤ ਕੰਮ ਹੁੰਦੇ ਨੇ ਜਿਹੜੇ ਜਿਹੜੇ ਦਫ਼ਤਰਾਂ 'ਚ ਮੀਡੀਆ ਨੂੰ ਨਾਲ ਲੈ ਕੇ ਉੱਥੇ ਪਹੁੰਚਿਆ ਕਰੂੰ ਮੀਟਿੰਗਾਂ ਵੀ ਹੋ ਰਹੀਆਂ ਤੁਸੀਂ ਜਾਓਗੇ ਕੋਈ ਤੁਹਾਨੂੰ ਮੈਂਬਰ ਮੈਂ ਮੀਟਿੰਗ 'ਚ ਜਾਵਾਂਗਾ ਮੈਂ ਇਹ ਨਹੀਂ ਕਹਿੰਦਾ ਮੈਨੂੰ ਉਹਨਾਂ ਨੇ ਸਸਪੈਂਡ ਕੀਤਾ ਔਰ ਕੈਪਟਨ ਅਮਰਿੰਦਰ ਸਿੰਘ ਜੀ ਲਈ ਸਾਰੇ ਵਿਧਾਇਕ ਇੱਕੋ ਜਿਹੇ ਨੇ ਕਿਉਂਕਿ ਕੈਪਟਨ ਸਾਹਿਬ ਕਹਿ ਦੇਣ ਮੇਰੇ ਲਈ ਸਾਰੇ ਵਿਧਾਇਕ ਇੱਕੋ ਜਿਹੇ ਨਹੀਂ ਜੇ 19 ਤਰੀਕ ਨੂੰ ਮੇਰੀ ਮੀਟਿੰਗ ਆ ਤਾਂ ਮੈਂ 19 ਤਰੀਕ ਨੂੰ ਜਾਊਂਗਾ ਮੈਨੂੰ ਅੰਦਰ ਜਾਣ ਦੇਣ ਨਾ ਜਾਣ ਦੇਣ ਮੈਂ ਆਪਦੀਆਂ ਮੰਗਾਂ ਜਿਹੜੀਆਂ ਨੇ ਉਹ ਰੱਖਾਂਗਾ ਜ਼ਰੂਰ ਤੁਸੀਂ ਹਾਈਕਮਾਂਡ ਨੂੰ ਵੀ ਮਿਲੋਗੇ ਮੈਂ ਹਾਈਕਮਾਂਡ ਨੂੰ ਵੀ ਮਿਲਾਂਗਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਮਿਲਾਂਗਾ